ਦੇਸ਼ ਭਰ 'ਚ ਹੋਈਆਂ ਲੋਕ ਸਭਾ ਚੋਣਾਂ ਦੇ ਕੱਲ੍ਹ 4 ਜੂਨ ਨੂੰ ਨਤੀਜੇ ਆ ਚੁੱਕੇ ਨੇ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ 13 ਲੋਕ ਸਭਾ ਦੀਆਂ ਸੀਟਾਂ 'ਚੋਂ 7 ਸੀਟਾਂ 'ਤੇ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ। 3 ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ, 1 ਸੀਟ 'ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਜਿੱਤੇ ਨੇ। ਤਾਂ ਦੋ ਹਲਕਿਆਂ 'ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਪੰਜਾਬ ਦਾ ਹਲਕਾ ਸ਼੍ਰੀ ਖਡੂਰ ਸਾਹਿਬ ਅਤੇ ਦੂਸਰਾ ਫਰੀਦਕੋਟ। ਤਾਂ ਇਹਨਾਂ ਦੋਹਾਂ ਹਲਕਿਆਂ ਦੇ ਵਿੱਚੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਹੁਣਾਂ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਗਈ ਹੈ। ਅਤੇ ਜੇਕਰ ਆਪਾਂ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਹਲਕਾ ਖਡੂਰ ਸਾਹਿਬ ਤੋਂ ਵਾਰਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ। ਤਕਰੀਬਨ 1,97,000 ਤੋਂ ਵਧੇਰੇ ਵੋਟਾਂ ਜਿਹੜੀਆਂ ਉਹ ਹਾਸਲ ਕੀਤੀਆਂ ਗਈਆਂ ਨੇ। ਸੋ ਮੇਰੇ ਨਾਲ ਗੱਲਬਾਤ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਮਰਥਕ ਮੌਜੂਦ ਨੇ, ਹੁਸ਼ਿਆਰਪੁਰ ਦੇ ਬਛਿੰਦੇ ਨੇ। ਤਾਂ ਇਹਨਾਂ ਵੱਲੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਜਾ ਕੇ ਜਿਹੜਾ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ। ਸੋ ਮੇਰੇ ਨਾਲ ਕਰਨੈਲ ਸਿੰਘ ਲਵਲੀ ਨੇ, ਸਰਬਜੋਤ ਸਾਬੀ ਨੇ, ਹੋਰ ਸਮਰਥਕ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕਰਨੈਲ ਸਿੰਘ ਹੁਣਾਂ ਤੋਂ ਸ਼ੁਰੂਆਤ ਕਰਦੇ ਹਾਂ। ਕਰਨੈਲ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਦੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤਾਂ ਉਸ ਵਕਤ ਤੋਂ ਹੀ ਲਗਾਤਾਰ ਜਿਹੜਾ ਜਨੂੰਨ ਹੈ, ਖਾਸ ਕਰ ਉੱਥੋਂ ਦੇ ਲੋਕਾਂ ਦੇ ਵਿੱਚ ਵੀ ਤਾਂ ਪੂਰੇ ਪੰਜਾਬ ਦੇ ਜੋ ਉਹਨਾਂ ਦੇ ਸਮਰਥਕ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਸੀ, ਤੁਸੀਂ ਵੀ ਹੁਸ਼ਿਆਰਪੁਰ ਤੋਂ ਉਚੇਚੇ ਤੌਰ 'ਤੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਪਹੁੰਚੇ ਸਨ। ਤਾਂ ਹੁਣ ਨਤੀਜੇ ਆਏ ਨੇ, ਭਾਈ ਸਾਹਿਬ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਜੀ। 1,97,000 ਤੋਂ ਵਧੇਰੇ ਦੀ ਲੀਡ ਦੇ ਨਾਲ ਉਹ ਜਿੱਤੇ ਨੇ। ਤਾਂ ਕੀ ਕਹਿਣਾ ਚਾਹੁੰਦੇ ਹੋ, ਕੀ ਮਹਿਸੂਸ ਕਰਦੇ ਹੋ ਹੁਣ? ਦੇਖੋ ਚੇਤਨ ਜੀ, ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਉਸ ਅਕਾਲ ਪੁਰਖ ਦਾ ਜਿਨ੍ਹਾਂ ਦੀ ਬਦੌਲਤ ਐਡੇ ਟਫ ਹਾਲਾਤਾਂ ਦੇ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਇੱਕ ਵੱਡੀ ਲੀਡ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਜਿਹੜੇ ਰਾਜਨੀਤੀ ਦੇ ਖੁੰਡ ਸੀ ਉਹਨਾਂ ਨੂੰ ਪਛਾੜ ਕੇ 1,97,130 ਵੋਟਾਂ ਦੇ ਫਰਕ ਨਾਲ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ। ਅਤੇ ਦੂਜੇ ਨੰਬਰ 'ਤੇ ਜਿਨ੍ਹਾਂ ਨੇ ਵੀ ਪੰਜਾਬ ਦੇ ਲੋਕਾਂ ਨੇ, ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਸਪੋਰਟ ਕੀਤੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਕਰਨੈਲ ਜੀ, ਜਦੋਂ ਤੁਸੀਂ ਪ੍ਰਚਾਰ ਕਰਨ ਉੱਥੇ ਪਹੁੰਚੇ ਸਨ ਤਾਂ ਉਸ ਵਕਤ ਉੱਥੋਂ ਕੀ ਹਾਲਾਤ ਸੀ? ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਵੀ ਇਸ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਸਨ। ਮੈਂ ਇੱਕ ਵੀਡੀਓ ਵੇਖੀ ਸੀ ਜਿੱਥੋਂ ਅਸੀਂ ਕਾਂਗਰਸ ਦੇ ਜਿਹੜੇ ਵਿਧਾਇਕ ਰਾਣਾ ਗੁਰਜੀਤ ਸ਼ਾਇਦ ਬੈਠੇ ਹੋਏ ਸਨ, ਤਾਂ ਉੱਥੋਂ ਕਾਂਗਰਸ ਦਾ ਹੀ ਕੋਈ ਬਲਾਕ ਪ੍ਰਧਾਨ ਜਾਂ ਸ਼ਾਇਦ ਕੋਈ ਆਗੂ ਜਾਂ ਵਰਕਰ ਸੀ, ਉਹ ਕਹਿੰਦਾ ਜੀ ਅਸੀਂ ਤਾਂ ਸਿੱਧੇ ਤੌਰ 'ਤੇ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਪੋਰਟ ਕਰਾਂਗੇ ਜੀ। ਤੁਸੀਂ ਜਾਣਦੇ ਹੋ ਕਿਸ ਤਰ੍ਹਾਂ ਦੇ ਉਦੋਂ ਹਾਲਾਤ ਸੀ ਉੱਥੇ? ਦੇਖੋ ਚੇਤਨ ਜੀ, ਜਦੋਂ ਅਸੀਂ ਉੱਥੇ ਗਏ ਹਾਂ ਤਾਂ ਇੱਕ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਵੀ ਜਿੱਦਾਂ ਲੋਕ ਆਪ ਮੁਹਾਰੇ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਉੱਥੇ ਸਪੋਰਟ ਕਰ ਰਹੇ ਸੀ। ਤੁਸੀਂ ਦੇਖੋ ਇੱਕ ਪਾਸੇ ਕਾਂਗਰਸ, ਅਕਾਲੀ, BJP, ਆਮ ਆਦਮੀ ਪਾਰਟੀ, ਉਹਨਾਂ ਦਾ ਪੂਰਾ ਸਰਕਾਰੀ ਤੰਤਰ ਅਤੇ ਉਹ ਜਿਹੜੇ ਧਨਾੜ ਲੋਕ ਵਾ, ਜਿਹੜੇ ਪੈਸੇ ਪੱਖੋਂ ਵੀ ਉਹਨਾਂ ਕੋਲ ਸੋਰਸਿਸ ਵੀ ਬੜੇ ਮਜ਼ਬੂਤ ਸੀਗੇ ਇਲੈਕਸ਼ਨਾਂ ਦੇ ਵਿੱਚ, ਅਤੇ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਜਿਹੜੀ ਸੰਗਤ ਸੀਗੀ, ਜਿਹੜੇ ਕਿ ਬਿਨਾਂ ਸੋਰਸਾਂ ਤੋਂ, ਘੱਟ ਸੋਰਸਾਂ ਤੋਂ ਉਹਨਾਂ ਨੇ ਆਪ ਮੁਹਾਰੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਕੰਪੇਨਿੰਗ ਹੋਈ ਆ ਇਲੈਕਸ਼ਨਾਂ ਦੇ ਵਿੱਚ, ਉਹਨਾਂ ਨੇ ਡਟ ਕੇ ਸਪੋਰਟ ਕੀਤੀ ਆ, ਉਹ ਇੱਕ ਆਪਣੇ ਆਪ ਦੇ ਵਿੱਚ ਜਿਹੜੀ ਇਤਿਹਾਸਕ ਜਿਹੜੀ ਜਿੱਤ ਵਾ ਉਹ ਪ੍ਰਾਪਤ ਹੋਈ ਆ। ਜੇ ਵੀ ਕਹਿ ਸਕਦੇ ਹਾਂ ਆਪਾਂ, ਅੰਮ੍ਰਿਤਪਾਲ ਸਿੰਘ ਨਾ ਤਾਂ ਉਹ ਨਾਮਜ਼ਦਗੀ ਭਰਨ ਆਉਂਦੇ ਨੇ, ਉੱਥੇ ਉਹਨਾਂ ਦੀ ਫਾਈਲ ਆਉਂਦੀ ਹੈ ਜੇਲ੍ਹ ਦੇ ਵਿੱਚੋਂ, ਦਿਬਰੂਗੜ੍ਹ ਜੇਲ੍ਹ ਦੇ ਵਿੱਚੋਂ, ਨਾ ਉਹ ਚੋਣ ਪ੍ਰਚਾਰ ਦੇ ਵਿੱਚ ਆਉਂਦੇ ਨੇ। ਆਪਾਂ ਕਹਿ ਸਕਦੇ ਹਾਂ ਕਿ ਵਾਹਿਗੁਰੂ ਦੀ ਮਿਹਰ ਸਦਕਾ ਉਹਨਾਂ ਦੇ ਆਸ਼ੀਰਵਾਦ ਸਦਕੇ ਸਭ ਕੁਝ ਸੰਭਵ ਹੋ ਸਕਿਆ, ਕਿਉਂਕਿ ਉਹਨਾਂ ਦੇ ਸਮਰਥਕਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋਸ਼ ਪਾਇਆ ਜਾ ਰਿਹਾ ਸੀ, ਕਿਉਂਕਿ ਇਕੱਲਾ ਪਰਿਵਾਰ ਵੀ ਹੈ, ਚਾਹੇ ਉਹਨਾਂ ਦੇ ਮਾਤਾ ਪਿਤਾ ਨੇ, ਭੈਣ ਭਾਈ ਨੇ, ਧਰਮ ਪਤਨੀ ਨੇ, ਉਹ ਵੀ ਇਕੱਲੇ ਕੁਝ ਨਹੀਂ ਕਰ ਸਕਦੇ ਸੀ। ਨਹੀਂ ਬਿਲਕੁਲ ਚੇਤਨ ਜੀ, ਤੁਹਾਡੀ ਗੱਲ ਸਹੀ ਹੈ, ਕਿਉਂਕਿ ਜਿੱਦਾਂ ਦੇ ਹਾਲਾਤ ਸੀਗੇ
ਇਹ ਬਿਲਕੁਲ ਇੱਕ ਕਲਾ ਹੀ ਵਰਤੀ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ, ਗੁਰੂ ਸਾਹਿਬ ਦੀ ਕਲਾ ਹੀ ਵਰਤੀ ਆ। ਜਿਹੜੇ ਇੱਦਾਂ ਦੇ ਹਾਲਾਤ ਹੋਣ ਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੇ ਮਤਲਬ ਐਡੀ ਵੱਡੀ ਜਿਹੜੀ ਜਿੱਤ ਪ੍ਰਾਪਤ ਕੀਤੀ ਆ, ਕਿਉਂਕਿ ਦੇਖੋ ਜੇਲ੍ਹ ਦੇ ਅੰਦਰ ਰਹਿ ਕੇ ਬਿਨਾਂ ਕੰਪੇਨਿੰਗ ਤੇ ਇੱਕ ਦਿਨ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਜਦਕਿ ਦੂਸਰੇ ਪਾਸੇ ਤੁਸੀਂ ਦੇਖੋ ਕੇਜਰੀਵਾਲ ਜਿਹੜੇ ਸ਼ਰਾਬ ਘੁਟਾਲੇ ਦੇ ਵਿੱਚ ਫਸੇ ਆ, ਉਹਨਾਂ ਨੂੰ ਅਦਾਲਤ ਨੇ ਵੀ ਕੰਪੇਨਿੰਗ ਦੇ ਲਈ ਜਿਹੜੀ ਆ 20-22 ਦਿਨ ਦੀ ਜ਼ਮਾਨਤ ਦਿੱਤੀ। ਅਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੂੰ ਬਿਨਾਂ ਜ਼ਮਾਨਤ ਤੋਂ ਦੇਖੋ ਕੰਪੇਨਿੰਗ ਉਹਨਾਂ ਦੇ ਪਰਿਵਾਰ ਕਰ ਰਹੇ ਸੀਗੇ। ਉਹਨਾਂ ਦੇ ਪਰਿਵਾਰਾਂ ਨੇ ਬਹੁਤ ਮਿਹਨਤ ਕੀਤੀ, ਬਹੁਤ ਹਿੰਮਤ ਜਿਹੜੀ ਆ ਉਹਨਾਂ ਨੇ ਦਿਖਾਈ, ਅਤੇ ਉੱਥੇ ਦੇ ਲੋਕ ਜਿਹੜੇ ਆ ਖਡੂਰ ਸਾਹਿਬ ਹਲਕੇ ਦੇ ਉਹ ਆਪ ਮੁਹਾਰੇ ਹੋ ਕੇ ਹੀ ਜਿਹੜਾ ਸਾਰਾ ਕੁਛ ਕਰ ਰਹੇ ਸੀਗੇ। ਜਰਨੈਲ ਜੀ, ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਵੀ, ਸ਼੍ਰੋਮਣੀ ਅਕਾਲੀ ਦਲ ਨੂੰ ਵੀ, ਇੱਕ ਲੋਕਾਂ ਵੱਲੋਂ ਅੰਮ੍ਰਿਤਪਾਲ ਸਿੰਘ ਹੋਣਾ ਦੀ ਜਿੱਤ ਦੇ ਨਾਲ ਮੂੰਹ ਤੋੜਵਾਂ ਜਵਾਬ ਮਿਲਿਆ, ਕਿਉਂਕਿ ਚੋਣਾਂ ਦੌਰਾਨ ਜਦੋਂ ਕੰਪੇਨ ਚੱਲਦੀ ਸੀ ਤਾਂ ਰੈਲੀਆਂ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੱਲ ਮੁੜ ਤੋਂ ਦੁਹਰਾਈ ਗਈ ਸੀ ਕਿ ਬੜਾ ਇੱਕ ਪਲੈਂਡ ਤਰੀਕੇ ਦੇ ਨਾਲ ਏਜੰਸੀਆਂ ਦਾ ਬੰਦਾ ਅੰਮ੍ਰਿਤਪਾਲ ਸਿੰਘ, ਉਸ ਨੂੰ ਭੇਜਿਆ ਗਿਆ ਜੀ। ਦੇਖੋ ਚੇਤਨ ਜੀ, ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਔਰ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਬਿਲਕੁਲ ਜਾਗਰੂਕ ਹੋ ਚੁੱਕਾ, ਕਿਉਂਕਿ ਤੁਸੀਂ ਦੇਖੋ 70 ਸਾਲਾਂ ਤੋਂ ਕਦੀ ਕਾਂਗਰਸ, ਕਦੀ ਅਕਾਲੀ, ਕਦੀ ਬੀਜੇਪੀ, ਅਤੇ ਇਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਲਿਆਂਦੀ ਸੀ, ਇਹਨੇ ਵੀ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਇਹਨਾਂ ਨੇ ਹਾਲਾਤ ਬਣਾਏ ਆ ਪੰਜਾਬ ਦੇ, ਅਤੇ ਪੰਜਾਬ ਦੇ ਲੋਕ ਬਿਲਕੁਲ ਜਾਗਰੂਕ ਹੋ ਚੁੱਕੇ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ। ਸਰਬਜੋਤ ਜੀ, NSA ਲਗਾ ਕੇ ਬਹੁਤ ਸਾਰੇ ਸਿੰਘਾਂ ਨੂੰ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ, ਖਾਸ ਕਰ ਜਿਹੜੇ ਅੰਮ੍ਰਿਤਪਾਲ ਸਿੰਘ ਦੀਆਂ ਸੱਜੀਆਂ ਖੱਬੀਆਂ ਬਾਹਾਂ ਮੰਨੇ ਜਾਂਦੇ ਸੀ, NSA ਨੂੰ ਲੈ ਕੇ ਹੁਣ ਕੋਈ ਕਾਨੂੰਨੀ ਮਾਹਰਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਕਦੋਂ ਤੱਕ? ਹੁਣ ਤਾਂ ਉਹ ਮੌਜੂਦਾ ਸੰਸਦ ਵੀ ਨੇ ਬਣ ਚੁੱਕੇ ਨੇ, ਜਿੱਤ ਹਾਸਲ ਹੋ ਚੁੱਕੀ ਹੈ, ਬਸ ਇੱਕ ਸਹੁੰ ਚੁੱਕਣੀ ਬਾਕੀ ਹੈ, ਕਦੋਂ ਤੱਕ ਹੁਣ ਜੇਲ੍ਹ 'ਚੋਂ ਬਾਹਰ ਆਉਣ ਦੀ ਉਮੀਦ ਬੱਝੀ ਹੈ ਜੀ ਉਹਨਾਂ ਦੇ? ਵੈਸੇ ਵੀ ਤਾਂ ਦੇਖਿਆ ਜਾਵੇ ਤਾਂ ਜਿਹੜਾ NSA ਹੈਗਾ ਆ, ਨੈਸ਼ਨਲ ਸਿਕਿਉਰਿਟੀ ਐਕਟ ਉਹਨਾਂ 'ਤੇ ਲੱਗਾ ਹੈਗਾ ਆ, ਉਹ ਹਜੇ ਤੱਕ ਇੱਕ ਪੋਲੀਟੀਕਲ ਉਹਨਾਂ 'ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈਗੀ ਹੈ, ਜਿੱਦਾਂ ਉਸ ਤਰ੍ਹਾਂ ਦੇ ਉਹਨਾਂ ਦੇ ਦੋਸ਼ ਜਿਹੜੇ ਲੱਗੇ ਹੋਏ ਨੇ ਉਹ ਦੋਸ਼ ਹਾਲੇ ਅਪਰੂਵ ਨਹੀਂ ਹੋਏ ਹੈਗੇ, ਉਹ ਇੱਕ ਤਰ੍ਹਾਂ ਦੇ ਪੋਲੀਟੀਕਲ ਜੇਲ੍ਹ ਕੱਟ ਰਹੇ ਨੇ। ਸੋ ਅਸੀਂ ਵੀ ਕੱਲ੍ਹ ਤੁਹਾਨੂੰ ਜੋ ਜਾਣਕਾਰੀ ਮਿਲੀ ਆ ਕਿ ਉਹ 15-20 ਦਿਨਾਂ ਤੱਕ ਜਾਂ ਮਹੀਨੇ ਤੱਕ ਉਹ ਬਾਹਰ ਆ ਸਕਦੇ ਨੇ, ਕਾਨੂੰਨੀ ਜੋ ਵੀ ਕਾਰਵਾਈਆਂ ਨਾਲ ਉਹ ਮਤਲਬ ਜਲਦੀ ਰਿਹਾਅ ਹੋਣਗੇ ਜੋ ਸਾਨੂੰ ਸੁਣਨ 'ਚ ਮਿਲ ਰਿਹਾ ਹੈ। ਅਤੇ ਬਾਕੀ ਜੇ ਆਪਾਂ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਜਦੋਂ ਅੰਮ੍ਰਿਤਪਾਲ ਸਿੰਘ ਸਰਗਰਮ ਹੁੰਦੇ ਸੀ ਤਾਂ ਉਹਨਾਂ ਦੇ ਵੀ ਬਿਆਨ ਆਉਂਦੇ ਹੁੰਦੇ ਸੀ ਕਿ ਉਹ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ, ਕਿਉਂਕਿ ਜਿਹੜਾ ਇੱਕ ਹਿੰਦੂ ਤਵੀ ਜਿਹੜੀ ਸੋਚ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਗੱਲ ਨੂੰ ਆਖਦੇ ਹੁੰਦੇ ਸੀ, ਤਾਂ ਹੁਣ ਸਹੁੰ ਤਾਂ ਉਸੇ ਅਨੁਸਾਰ ਹੀ ਚੱਕਣੀ ਪਈ, ਚੱਕਣਗੇ ਜੀ ਫਿਰ ਉਸ ਮੁਤਾਬਕ ਸਹੁੰ? ਨਹੀਂ, ਹਾਂਜੀ ਹਾਂਜੀ ਬਿਲਕੁਲ, ਦੇਖੋ ਭਾਰਤੀ ਸੰਵਿਧਾਨ ਦੇ ਹੇਠਾਂ ਅਸੀਂ ਸਾਰਾ ਸਿਸਟਮ ਆਪਾਂ ਕਰਦੇ ਪਏ ਹਾਂ ਨਾ। ਚਲੋ ਹੁਣ ਉਹਨਾਂ ਦੀ ਓਏ ਤੁਸੀਂ ਜੇਕਰ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ 'ਚ ਹੋਵੇ ਕਿ ਉਹਨਾਂ ਨੇ ਖੁਦ ਕਿਹਾ ਸੀਗਾ, ਉਹਨਾਂ ਦੀ ਰਿਕਾਰਡਿੰਗ ਵੀ ਇੱਕ ਕਾਫੀ ਵਾਇਰਲ ਹੋਈ ਸੀਗੀ ਕਿ ਜੇ ਸੰਵਿਧਾਨ ਨੂੰ ਆਪਾਂ ਜਿਹਨੂੰ ਯੂਜ਼ ਕਰਕੇ ਅਸੀਂ ਆਪਣੇ ਪੰਥਲੀ ਚੜ੍ਹਦੀ ਕਲਾ ਕਰ ਸਕਦੇ ਹਾਂ, ਆਪਾਂ ਪੰਥਲੀ ਹੋਰ ਕਾਰਜ ਕਰ ਸਕਦੇ ਹਾਂ, ਸੋ ਮੇਰੇ ਹਿਸਾਬ ਨਾਲ ਸੰਵਿਧਾਨ ਨੂੰ ਵਰਤਣਾ ਕੋਈ ਮਾੜੀ ਗੱਲ ਨਹੀਂ ਹੈਗੀ, ਅਤੇ ਬਾਕੀ ਉਹਨਾਂ ਦੀ ਆਪਣੀ ਨਿੱਜੀ ਸੋਚ ਵੀ ਹੈ, ਆਪਾਂ ਇੰਨੀ ਗੱਲ ਕਹਿ ਸਕਦੇ ਹਾਂ। ਜਸ਼ਨ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਮਨਾਏ ਗਏ ਨੇ, ਘੱਲੂ ਘਰਾਂ ਦੇ ਵਸਾਉਣ ਕਰਕੇ ਜਿਹੜੇ ਸਿੱਖ ਸਮਰਥਕ ਨੇ, ਸਿੱਖ ਸਮਾਜ ਜਾਂ ਸਿੱਖ ਪੰਥ, ਉਹਨਾਂ ਵੱਲੋਂ ਕਹਿ ਦਿੱਤਾ ਗਿਆ ਸੀ, ਖਾਸ ਕਰ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ, ਉਹਨਾਂ ਦੇ ਮਾਤਾ ਜੀ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਘੱਲੂ ਘਰਾਂ ਦੇ ਵਸਾਉਣ ਕਰਕੇ 6 ਜੂਨ ਤੱਕ ਉਹ ਜਸ਼ਨ ਨਹੀਂ ਮਨਾਏ ਜਾਣਗੇ, ਉਹਨਾਂ ਤੋਂ ਬਾਅਦ ਹੋਏਗਾ ਸਿਲਸਿਲਾ ਸ਼ੁਰੂ ਹੁਸ਼ਿਆਰਪੁਰ 'ਚ ਵੀ ਜੇਕਰ ਆਪਾਂ ਗੱਲ ਕਰੀਏ। ਹਾਂਜੀ ਹਾਂਜੀ, ਜਿਸ ਤਰ੍ਹਾਂ ਉਹਨਾਂ ਦੇ ਮਾਤਾ ਔਰ ਪਿਤਾ ਵੱਲੋਂ ਸਾਨੂੰ ਸਾਰੀ ਸੰਗਤ ਨੂੰ ਇਹ ਸੀਗਾ ਕਿ ਤੁਸੀਂ ਜਿਹੜਾ ਹੈਗਾ ਜਸ਼ਨ ਹੀ ਮਨਾਉਣਾ, ਕਿਉਂਕਿ ਘੱਲੂ ਘਰ ਆ, ਘੱਲੂ ਘਰ ਦੇ ਦਿਨ ਚੱਲ ਰਹੇ, ਕੌਮ 'ਤੇ ਬਹੁਤ ਵੱਡਾ ਇੱਕ ਦੁਖਾਂਤ ਬੀਤਿਆ ਸੀ, ਇਹ ਕੌਮ ਦਾ ਬਹੁਤ ਵੱਡਾ ਇੱਕ ਇਹ ਮਤਲਬ ਬਹੁਤ ਵੱਡਾ ਦੁਖਾਂਤ ਹੈ ਇਹ ਨਾ। ਸੋ ਉਹਨਾਂ ਨੇ ਸਾਰੀ ਸੰਗਤ ਨੂੰ ਅਪੀਲ ਕੀਤੀ ਸੀ, ਬੇਨਤੀ ਕੀਤੀ ਸੀ ਕਿ ਕੋਈ ਵੀ ਜਸ਼ਨ ਨਾ ਮਨਾਵੇ। ਅਸੀਂ ਦੇਖ ਰਹੇ ਸੀਗੇ ਕੱਲ੍ਹ ਕਈ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, BJP ਹੋਵੇ, ਕਾਂਗਰਸ ਹੋਵੇ, ਬਹੁਤ ਹੀ ਮਤਲਬ ਜ਼ਿਆਦਾ ਮਤਲਬ ਧੜੱਲੇ ਨਾਲ ਢੋਲ ਧਮਾਕੇ ਨਾਲ ਇਹ, ਪਰ ਉਹਨਾਂ ਲਈ ਸ਼ਰਮ ਦੀ ਗੱਲ ਹੈ
ਕਿਉਂਕਿ ਜਿਹੜਾ ਕਤਲੇਆਮ ਹੋਇਆ ਉਦੋਂ ਘੱਲੂਘਾਰਾ ਹੋਇਆ, ਬਲੂ ਸਟਾਰ ਓਪਰੇਸ਼ਨ ਹੋਇਆ, ਇਹ ਇਕੱਲਾ ਸਿੱਖਾਂ ਲਈ ਨਹੀਂ, ਸਾਰੇ ਪੰਜਾਬ ਲਈ ਬੜਾ ਦੁਖਦਾਈ ਸੀ। ਸੋ ਉਹਨਾਂ ਲਈ ਇਹ ਸ਼ਰਮ ਵਾਲੀ ਗੱਲ ਆ, ਪਰ ਜੇ ਅਸੀਂ ਦੇਖੀਏ ਸਾਡੇ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘ ਨੇ ਜਾਂ ਉਹਨਾਂ ਨਾਲ ਜੁੜੇ ਹੋਏ ਜਿਨ੍ਹਾਂ ਨੇ ਵੀ ਉਹਨਾਂ ਦੀ ਸਪੋਰਟ ਕੀਤੀ, ਕਿਸੇ ਨੇ ਵੀ ਉਹਨਾਂ ਦਾ ਜਸ਼ਨ ਨਹੀਂ ਮਨਾਇਆ, ਉਹ ਸਾਰਿਆਂ ਨੇ, ਅਸੀਂ ਕੱਲ੍ਹ ਦੇਖ ਰਹੇ ਸੀ ਕਿ ਉਹਨਾਂ ਨੇ ਕੱਲ੍ਹ ਸੋਸ਼ਲ ਮੀਡੀਆ 'ਤੇ ਕਿ ਉਹਨਾਂ ਨੇ ਜਾਪ ਕੀਤੇ ਔਰ ਸਤਨਾਮ ਵਾਹਿਗੁਰੂ 'ਤੇ ਜਾਪ ਕੀਤੇ, ਸਾਨੂੰ ਬਹੁਤ ਚੰਗਾ ਲੱਗਾ। ਔਰ ਸਾਰੀ ਸੰਗਤ ਨੂੰ ਵੀ ਇਹੀ ਅਪੀਲ ਹੈ ਕਿ ਕੋਈ ਵੀ ਹਾਲੇ ਮਤਲਬ ਜਿਹੜਾ ਹੈਗਾ ਆ ਜਸ਼ਨ ਨਾ ਮਨਾਇਆ ਜਾਵੇ, ਅਤੇ ਬਾਕੀ ਚਲੋ ਜੋ ਉਹਨਾਂ ਵੱਲੋਂ ਬੇਨਤੀਆਂ ਹੋਣਗੀਆਂ ਉਹ ਅਸੀਂ ਉਹਨਾਂ 'ਤੇ ਫੁੱਲ ਚੜ੍ਹਾਵਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਹੁਸ਼ਿਆਰਪੁਰ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਮਰਥਕ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸੋ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੂੰ ਲੈ ਕੇ ਜਿੱਥੇ ਉਹਨਾਂ ਦੇ ਵਿੱਚ ਵੱਡੀ ਖੁਸ਼ੀ ਦੀ ਲਹਿਰ ਆ, ਤਾਂ ਉੱਥੇ ਉਹਨਾਂ ਵੱਲੋਂ ਦੱਸਿਆ ਵੀ ਗਿਆ ਕਿ ਕਾਨੂੰਨੀ ਮਹਾਰਾਜ ਦੇ ਦੱਸਣ ਮੁਤਾਬਕ 15-20 ਦਿਨ ਤੱਕ ਜਾਂ ਮਹੀਨੇ ਤੱਕ ਹੋ ਸਕਦਾ ਕਿ ਅੰਮ੍ਰਿਤਪਾਲ ਸਿੰਘ ਬਾਹਰ ਆਉਣਗੇ ਅਤੇ ਸੰਸਦ ਵੱਲੋਂ ਸਹੁੰ ਚੱਕ ਕੇ ਹਲਕਾ ਖਡੂਰ ਸਾਹਿਬ ਲਈ ਕੰਮ ਵੀ ਕਰਨਗੇ। ਕੈਮਰਾ ਪਰਸਨ ਕਰਮਜੀਤ ਸਿੰਘ, ਅਜੇ ਦੇ ਨਾਲ ਚੇਤਨ ਕਾਸ਼ਪ, ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ। We at GNA University see potential in everyone and everything around us. We drive innovation and entrepreneurship. We groom competent global citizens to effect positive change around them.